ਸੋ ਤੁਜੀਰੀ ਗੱਲ ਜੀ ਸਾਰਿਆਂ ਨੂੰ ਜਨਰਲ ਪੰਜਾਬ ਵਾਦਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਮੌਸਮ ਦੀ ਗੱਲ ਕਰਦੇ ਆ ਅੱਜ 3 ਜੁਲਾਈ ਰਾਤ ਦੀ ਅਪਡੇਟ ਕਿ ਦੇਰ ਸ਼ਾਮ ਤੋਂ ਲੈ ਕੇ ਕੱਲ ਸਵੇਰ ਤੱਕ ਕੀ ਮੌਸਮ ਦੀ ਹਲਚਲ ਦੇਖਣ ਨੂੰ ਮਿਲ ਸਕਦੀ ਹੈ ਸੋ ਸਭ ਤੋਂ ਪਹਿਲਾਂ ਉਹਨਾਂ ਇਲਾਕਿਆਂ ਦੀ ਗੱਲ ਕਰਦੇ ਆ ਜਿਦੇ ਵਿੱਚ ਮੌਸਮ ਥੋੜਾ ਬਹੁਤ ਬਦਲ ਸਕਦਾ ਹੈ ਮੀਂਹ ਜਾਂ ਬੱਦਲਵਾਈ ਗਰਜ ਚਮਕ ਦੇਖਣ ਨੂੰ ਮਿਲ ਸਕਦੀ ਹੈ ਪਹਿਲਾ ਦਿਨ ਦੇ ਦਿਲੇ ਦੇਖੀਏ ਤਾਂ ਦਿਨ ਵੇਲੇ ਜਿਹੜਾ ਮੌਸਮ ਪੰਜਾਬ ਦਾ ਸਵੇਰ 10 ਦੇ ਮੁਤਾਬਕ ਟੈਂਪਰੇਚਰ ਹਾਲਾਕਿ ਬਹੁਤ ਜ਼ਿਆਦਾ ਨਹੀਂ ਸੀ 35-36 ਡਿਗਰੀ ਦੇ ਆਸ-ਪਾਸ ਸੀਗੇ ਪਰ ਹਮ ਉਸ ਕਰਕੇ ਜਿਹੜਾ ਗਰਮੀ ਆ ਉਹ ਕਾਫੀ ਜ਼ਿਆਦਾ ਆਪਣੇ ਸ਼ਿਖਰਾਂ ਤੇ ਬਣੀ ਹੋਈ ਆ ਪੰਜਾਬ ਦੇ ਵਿੱਚ ਜਿਹੜੇ ਪੰਜਾਬ ਵਾਸੀ ਨੇ ਕਾਫੀ ਜ਼ਿਆਦਾ ਪਰੇਸ਼ਾਨ ਗਰਮੀ ਤੋਂ ਦੇਖਣ ਨੂੰ ਮਿਲੇ ਨੇ ਅੱਜ ਕਿਉਂਕਿ ਅੱਜ ਗਰਮੀ ਆ ਜਿਹੜੀ ਲਗਭਗ ਪਿਛਲੇ ਕਾਫੀ ਦਿਨਾਂ ਨਾਲੋਂ ਜ਼ਿਆਦਾ ਦੇਖਣ ਨੂੰ ਮਿਲੀ ਆ ਉਸ ਦਾ ਕਾਰਨ ਹੈ ਜੋ ਹਵਾ ਦੇ ਵਿੱਚ ਨਮੀ ਕਾਫੀ ਜ਼ਿਆਦਾ ਇਸ ਵੇਲੇ ਵਾਤਾਵਰਣ ਵਿੱਚ ਬਣੀ ਹੋਈ ਆ ਪੰਜਾਬ ਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸੋ ਇਸੇ ਕਰਕੇ ਥੋੜਾ ਜਿਹਾ ਗਰਮੈਸ਼ ਤੇ ਹਮਸ ਦਾ ਮਾਹੌਲ ਬਣਿਆ ਹੋਇਆ ਹੈ ਤੇ ਹੁਣ ਗੱਲ ਕਰੀਏ ਰਾਤ ਦੇ ਮੌਸਮ ਦੀ ਤਾ ਪਉ ਨੂੰ ਦੇਰ ਸ਼ਾਮ ਲਗਭਗ 7 ਵਜੇ ਦੇ ਆਸ-ਪਾਸ ਤੋਂ ਉੱਤਰ-ਪੱਛਮੀ ਖੇਤਰਾਂ ਤੋਂ ਮੌਸਮ ਪ੍ਰਭਾਵਿਤ ਹੁੰਦਾ ਹੋਇਆ ਦੇਖਣ ਨੂੰ ਮਿਲੇਗਾ ਜਿਹਦੇ ਵਿੱਚ ਪਠਾਨਕੋਟ ਤੋਂ ਲੈ ਕੇ ਗੁਰਦਾਸਪੁਰ ਦੇ ਇਲਾਕੇ ਲਗਭਗ ਸ਼ਾਮ ਦੇ 7-8 ਵਜੇ ਦੇ ਆਸ-ਪਾਸ ਬੱਦਲਵਾਈ ਅੰਡਰ ਕਵਰ ਆਉਣਗੇ ਗਰਜ ਚਮਕ ਦੇਖਣ ਨੂੰ ਮਿਲ ਸਕਦੀ ਹੈ ਇਹਨਾਂ ਵਿੱਚ ਮੀਂਹ ਦੇ ਸ਼ਰਾਟੇ ਹਲਕੇ ਤੋਂ ਲੈ ਕੇ ਦਰਮਿਆਨੇ ਪੱਧਰ ਦੇ ਕੁਝ ਭਾਗਾਂ ਵਿੱਚ ਤੇਜ਼ ਸ਼ਰਾਟੇ ਦਰਮੀ ਤੇਜ਼ ਹਵਾਵਾਂ ਦਰਮਿਆਨ ਵੀ ਦੇਖਣ ਨੂੰ ਮਿਲ ਸਕਦਾ ਹੈ ਤੇ ਇਸ ਤੋਂ ਬਾਅਦ ਅਗਲੇ ਘੰਟਿਆਂ ਦੇ ਵਿੱਚ ਯਾਨੀ ਕਿ 7 ਵਜੇ ਤੋਂ ਲੈ ਕੇ ਅਗਲੇ 2 ਜੜੇ ਦੇ 2-4 ਘੰਟੇ ਹੋਣਗੇ 11-12 ਵਜੇ ਤੱਕ ਮਾਝੇ ਦਾ ਖੇਤਰੇ ਦੇ ਵਿੱਚ ਪ੍ਰਭਾਵਿਤ ਹੋਵੇਗਾ ਅਮਰਸਰ ਦੇ ਇਲਾਕੇ ਵੀ ਆਉਣਗੇ ਕੁਝ ਭਾਗ ਤਰਨਤਨ ਸਾਹਿਬ ਦੇ ਗੁਰਦਾਸਪੁਰ ਪਠਾਨਕੋਟ ਤੱਕ ਆਉਣੇ ਹੀ ਨੇ ਤੇ ਨਾਲ ਲੱਗਦੇ ਦੁਆਬੇ ਦੇ ਵੀ ਅਗਲੇ ਘੰਟਿਆਂ ਵਿੱਚ ਕਈ ਭਾਗ ਇਹਦੇ ਵਿੱਚ ਆ ਜਾਣਗੇ ਜਿਵੇਂ ਜਲੰਧਰ ਕਪੂਰਥਲਾ ਤੋਂ ਲੈ ਕੇ ਹੁਸ਼ਿਆਰਪੁਰ ਤੱਕ ਦੇ ਇਲਾਕੇ ਸੋ ਇਹਨਾਂ ਭਾਗਾਂ ਵਿੱਚ ਵੀ ਬੱਦਲਵਾਈ ਦੇਖਣ ਨੂੰ ਮਿਲੂਗੀ ਹਵਾਵਾਂ ਚੱਲ ਸਕਦੀਆਂ ਨੇ ਗਰਜ ਚਮਕ ਨਾਲ ਮੀਂਹ ਦਾ ਸ਼ਰਾਟੇਦਾਰ ਰੂਪ ਵੀ ਜਿੰਨਾਂ ਭਾਗਾਂ ਵਿੱਚ ਵੀ ਦੇਖਣ ਨੂੰ ਮਿਲ ਸਕਦਾ ਹੈ ਤੇ ਉਸ ਤੋਂ ਬਾਅਦ ਜੇਕਰ ਇਹ ਬ ਪੂਰਬੀ ਦੱਖਣ ਪੂਰਬ ਦਿਸ਼ਾ ਨੂੰ ਅੱਗੇ ਵੱਧਦਾ ਰਿਹਾ ਤਾਂ ਆਪਾਂ ਨੂੰ ਮੱਧ ਮਾਲਵੇ ਦੇ ਖੇਤਰ ਜਿਹਦੇ ਵਿੱਚ ਲੁਧਿਆਣੇ ਦੇ ਭਾਗ ਹੋਗੇ ਕੁਝ ਭਾਗ ਇੱਕ ਦੋ ਆਪਣੇ ਮਾਲਵੇ ਦੇ ਆ ਸਕਦੇ ਨੇ ਉਸ ਤੋਂ ਇਲਾਵਾ ਉੱਤਰੀ ਪੂਰਬੀ ਇਲਾਕਿਆਂ ਦੇ ਵਿੱਚ ਚੰਡੀਗੜ੍ਹ ਮੁਹਾਲੀ ਸਾਈਡ ਦੇ ਇਲਾਕੇ ਐਸਬੀਐਸ ਨਗਰ ਹੋ ਗਿਆ ਨੰਗਲ ਅਨੰਦਪੁਰ ਸਾਹਿਬ ਦੇ ਇਲਾਕੇ ਤੇ ਨਾਲ ਹੀ ਨਵਾਂ ਸ਼ਹਿਰ ਦੇ ਲਗਪਾਸ ਦੇ ਇਲਾਕੇ ਹੋਣਗੇ ਤੇ ਫਤਿਹਗੜ੍ਹ ਸਾਹਿਬ ਤੱਕ ਦੇ ਜੋ ਭਾਗ ਨੇ ਇਹ ਪ੍ਰਭਾਵਿਤ ਹੋ ਸਕਦੇ ਨੇ ਇਸ ਸਿਸਟਮ ਦੇ ਚੱਲਦੇ ਤੇ ਇਸ ਦੇ ਨਾਲ ਕੁਝ ਭਗਤ ਤਰਨਤਨ ਸਾਹਿਬ ਦੇ ਫਿਰੋਜ਼ਪੁਰ ਦੇ ਥੋੜੇ ਬਹੁਤ ਇੱਕ ਦੋ ਭਾਗ ਕਵਰ ਹੋ ਸਕਦੇ ਨੇ ਇਹਦੇ ਸਿਸਟਮ ਦੇ ਵਿੱਚ ਥੋੜੇ ਬਹੁਤ ਭਾਗ ਮੋਗੇ ਜ਼ਿਲ੍ਹੇ ਦੇ ਜਾਂ ਬਰਨਾਲੇ ਦੇ ਵੀ ਆ ਸਕਦੇ ਨੇ ਪਰ ਇਨਾਂ ਇਲਾਕਿਆਂ ਵਿੱਚ ਬਹੁਤ ਵੱਡੀ ਹਲਚਲ ਹੋਣ ਦੇ ਅਸਾਰ ਘੱਟ ਨਜ਼ਰ ਆ ਰਹੇ ਨੇ ਪਰ ਫਿਰ ਵੀ ਥੋ ਸਕਦਾ ਹੈ ਕਿ ਥੋੜਾ ਬਹੁਤ ਪ੍ਰਭਾਵ ਇਨਾਂ ਜ਼ਿਲ੍ਹਿਆਂ ਦੇ ਕੁਝ ਭਾਗਾਂ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਮੇਨ ਤੌਰ ਤੇ ਮਾਝੇ ਦਾ ਖੇਤਰ ਜ਼ਿਆਦਾ ਪ੍ਰਭਾਵਿਤ ਹੋਣ ਦੇ ਅਸਾਰ ਨੇ ਉਸ ਤੋਂ ਬਾਅਦ ਦੁਆਬੇ ਦੇ ਖੇਤਰਾਂ ਵਿੱਚ ਅਜਿਹੀਆਂ ਮੌਸਮੀ ਹਲਚਲਾਂ ਮੀਂਹ ਨੇਰੀ ਗੱਤ ਦੇਖਣ ਨੂੰ ਮਿਲ ਸਕਦੀ ਹੈ ਬਦਲਾਂ ਦੀ ਗਰਜ ਚਮਕ ਹੋ ਸਕਦੀ ਹੈ ਦੇ ਨਾਲ ਹੀ ਫੇ ਅਗਲੇ ਨਾਲ ਲੱਗਦੇ ਜੋ ਮਾਲਵੇ ਦੇ ਖੇਤਰ ਹੋਣਗੇ ਉਹਨਾਂ ਭਾਗਾਂ ਵਿੱਚ ਵੀ ਜਿਵੇਂ ਲੁਧਿਆਣਾ ਹੋ ਗਿਆ ਫਤਿਹਗੜ੍ਹ ਸਾਹਿਬ ਦੇ ਇਲਾਕੇ ਮਲੇਰ ਕੋਟਲੇ ਦੇ ਚੰਡੀਗੜ੍ਹ ਵਾਲੀ ਸਾਈਡ ਦੇ ਇਲਾਕੇ ਦੱਸਣ ਇਹਨਾਂ ਭਾਗਾਂ ਵਿੱਚ ਵੀ ਅੱਧੀ ਰਾਤ ਦੇ ਆਸ-ਪਾਸ ਅੱਧੀ ਰਾਤ ਤੋਂ ਬਾਅਦ ਸਵੇਰ ਤੜਕੇ ਸਮੇਂ ਤੱਕ ਇਹਨਾਂ ਭਾਗਾਂ ਵਿੱਚ ਮੌਸਮੀ ਹਲਚਲ ਦੇਖਣ ਨੂੰ ਮਿਲੇਗੀ ਦੋਸਤੋ ਬਿਨਾਂ ਦੱਖਣ ਪੱਛਮੀ ਹਿੱਸਾ ਹੈ ਜੋ ਪੰਜਾਬ ਦਾ ਰਾਜਸਥਾਨ ਜਾਂ ਹਰਿਆਣਾ ਦੇ ਨੇੜੇ ਦੇ ਇਲਾਕੇ ਨੇ ਫਿਲਹਾਲ ਉਹਨਾਂ ਭਾਗਾਂ ਵਿੱਚ ਕੋਈ ਜ਼ਿਆਦਾ ਵੱਡੀ ਮੌਸਮ ਦੀ ਹਲਚਲ ਹੁੰਦੀ ਹੋਈ ਅੱਧੀ ਰਾਤ ਤੱਕ ਦੇਖਣ ਨੂੰ ਨਹੀਂ ਮਿਲੇਗੀ ਅੱਧੀ ਰਾਤ ਤੋਂ ਬਾਅਦ ਹੋ ਸਕਦਾ ਹੈ ਕਿ ਕੁਝ ਛੋਟੇ ਮੋਟੇ ਟੁੱਟਮੇ ਬੱਦਲਵਾਈ ਬਣ ਸਕਦੇ ਜਿਦੇ ਚੱਲਦੇ ਕੁਝ ਗਰਜ ਚਮਕ ਜਾਂ ਹਲਕੇ ਫੁਲਕੇ ਮੀਂਹ ਦੇ ਛਿੱਟੇ ਪੈ ਸਕਦੇ ਨੇ ਪਰ ਅਸਾਰ ਇਹਨਾਂ ਭਾਗਾਂ ਵਿੱਚ ਘੱਟ ਨਜ਼ਰ ਆ ਰਹੇ ਨੇ